ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਸਿਆਣੇ ਅਕਸਰ ਕਹਿੰਦੇ ਨੇ ਕਾਲੀ ਅੱਗੇ ਟੋਏ ਪਰ ਕਿਉਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅਸੀਂ ਅਕਸਰ ਵੇਖਦੇ ਹਾਂ ਕਿ ਅਗਰ ਅਸੀਂ ਕੋਈ ਵੀ ਕੰਮ ਕਾਹਲੀ ਦੇ ਵਿੱਚ, ਜਲਦੀ ਦੇ ਵਿੱਚ ਕਰਦੇ ਹਾਂ ਤਾਂ ਜਿੰਨਾ ਛੇਤੀ ਅਸੀਂ ਉਸ ਕੰਮ ਨੂੰ ਮੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਤੇ ਨਾ ਕਿਤੇ ਉਹ ਕੰਮ ਓਨਾ ਹੀ ਵਿਗੜਦਾ ਜਾਂਦਾ ਹੈ, ਓਨਾ ਹੀ ਲੰਬਾ ਪੈਂਦਾ ਜਾਂਦਾ ਹੈ। ਇਸ ਕਰਕੇ ਸਿਆਣੇ ਕਹਿੰਦੇ ਨੇ ਕਿ ਕਾਹਲੀ ਅੱਗੇ ਹਮੇਸ਼ਾ ਟੋਏ ਹੀ ਹੁੰਦੇ ਨੇ। ਇਸ ਲਈ ਜੋ ਵੀ ਅਸੀਂ ਕੰਮ ਕਰਦੇ ਹਾਂ, ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਸਾਰਾ ਧਿਆਨ ਅਸੀਂ ਉਸ ਕੰਮ ਵੱਲ ਇਕਾਗਰ ਕਰਕੇ ਉਸ ਕੰਮ ਨੂੰ ਮੁਕੰਮਲ ਕਰੀਏ, ਉਸ ਕੰਮ ਨੂੰ ਨੇਪਰੇ ਚਾੜੀਏ, ਤਾਂ ਅਸੀਂ ਆਪਣੇ ਪੈਰ ਅੱਗੇ ਵਧਾਈਏ, ਅੱਗੇ ਤੁਰੀਏ। ਜੋ ਕੰਮ ਅੱਗੇ ਸਾਡਾ ਇੰਤਜ਼ਾਰ ਕਰ ਰਿਹਾ ਹੈ ਉਸਨੂੰ ਨੇਪਰੇ ਚਾੜੀਏ। ਪਰ ਜੇਕਰ ਅਸੀਂ ਦੂਸਰੀ ਮੰਜ਼ਿਲ ਤੱਕ ਪਹੁੰਚਣ ਲਈ ਪਹਿਲੀ ਮੰਜ਼ਿਲ ਨੂੰ ਕਾਹਲੀ ਵਿੱਚ ਛੱਡਣ ਦੀ ਕੋਸ਼ਿਸ਼ ਕਰਾਂਗੇ ਤਾਂ ਹੋ ਸਕਦਾ ਹੈ ਕਿ ਅਸੀਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਈਏ, ਹੋ ਸਕਦਾ ਹੈ ਕਿ ਅਸੀਂ ਕਿਸੇ ਵੱਡੇ ਨੁਕਸਾਨ ਦਾ ਸ਼ਿਕਾਰ ਹੋ ਜਾਈਏ, ਹੋ ਸਕਦਾ ਹੈ ਕਿ ਸਾਨੂੰ ਕਿਸੇ ਮਾੜੇ ਦੌਰ ਦਾ ਸਾਹਮਣਾ ਕਰਨਾ ਪੈ ਜਾਵੇ। ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਭੈਣ ਬੱਸ ਤੋਂ ਉਤਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਭੈਣ ਉਤਰਦੀ ਤਾਂ ਕੀ ਹੈ ਬੱਸ ਦੇ ਵਿੱਚੋਂ, ਬੱਸ ਆ ਕੇ ਅਜੇ ਖੜੀ ਵੀ ਨਹੀਂ ਹੁੰਦੀ ਅਤੇ ਇਹ ਭੈਣ ਬੱਸ ਦੇ ਵਿੱਚੋਂ ਡਿੱਗ ਪੈਂਦੀ ਹੈ। ਅਤੇ ਅਸੀਂ ਇਹੀ ਕਹਾਂਗੇ ਕਿ ਇਹ ਵੀਡੀਓ ਵਿਖਾਉਣ ਦਾ ਸਾਡਾ ਸਿਰਫ ਇੱਕੋ ਹੀ ਮਕਸਦ ਹੈ ਕਿ ਜੇਕਰ ਅਸੀਂ ਬੱਸਾਂ ਦੇ ਵਿੱਚ, ਟ੍ਰੇਨਾਂ ਦੇ ਵਿੱਚ ਟਰੈਵਲ ਕਰਦੇ ਹਾਂ ਤਾਂ ਪਹਿਲੀ ਗੱਲ, ਅਗਰ ਬੱਸ ਦੀ ਖਿੜਕੀ ਖੁੱਲ੍ਹੀ ਹੈ ਤਾਂ ਖਿੜਕੀ ਦੇ ਉੱਤੇ ਕਦੇ ਖੜ੍ਹੇ ਨਾ ਹੋਵੋ, ਬੱਸ ਰੁਕਣ ਦਾ ਇੰਤਜ਼ਾਰ ਕਰੋ, ਟ੍ਰੇਨ ਰੁਕਣ ਦਾ ਇੰਤਜ਼ਾਰ ਕਰੋ, ਕਿਉਂਕਿ ਆਏ ਦਿਨ ਅਜਿਹੇ ਬਹੁਤ ਸਾਰੇ ਹਾਦਸੇ ਵੇਖੇ ਜਾਂਦੇ ਨੇ ਜਦੋਂ ਚੱਲਦੀਆਂ ਹੋਈਆਂ ਗੱਡੀਆਂ ਦੇ ਵਿੱਚੋਂ, ਚੱਲਦੀਆਂ ਹੋਈਆਂ ਬੱਸਾਂ ਦੇ ਵਿੱਚੋਂ ਇਨਸਾਨ ਡਿੱਗਦੇ ਨੇ ਅਤੇ ਬੁਰੀ ਤਰ੍ਹਾਂ ਫੱਟੜ ਹੁੰਦੇ ਨੇ। ਉਸ ਤੋਂ ਚੰਗਾ ਤਾਂ ਇਹ ਹੁੰਦਾ ਕਿ ਅਸੀਂ ਥੋੜ੍ਹਾ ਜਿਹਾ ਇੰਤਜ਼ਾਰ ਕਰ ਲੈਂਦੇ, ਅਸੀਂ ਥੋੜ੍ਹਾ ਜਿਹਾ ਧੀਰਜ ਧਰ ਲੈਂਦੇ। ਜੇਕਰ ਸਾਡੀ ਟ੍ਰੇਨ ਜਾਂ ਬੱਸ ਛੁੱਟ ਵੀ ਜਾਂਦੀ ਹੈ ਜਾਂ ਅਸੀਂ ਕਿਤੇ ਪਹੁੰਚਣ ਵਾਸਤੇ ਥੋੜ੍ਹਾ ਲੇਟ ਵੀ ਹੋ ਜਾਂਦੇ ਹਾਂ ਤਾਂ ਸ਼ਾਇਦ ਉੱਥੇ ਲੇਟ ਪਹੁੰਚਣ ਨਾਲ ਸਾਨੂੰ ਉਹਨਾਂ ਨੁਕਸਾਨ ਨਹੀਂ ਝੇਲਣਾ ਪੈਂਦਾ ਜਿੰਨਾ ਸਾਡੀ ਕਾਹਲੀ ਸਾਨੂੰ ਨੁਕਸਾਨ ਪਹੁੰਚਾ ਜਾਂਦੀ ਹੈ। ਜਲਦੀ ਹੋ ਸਕਦਾ ਹੈ।
ਪਿਆਰਿਓ, ਅਸੀਂ ਤਾਂ ਇਸ ਬੀਬੀ ਵਾਸਤੇ ਇਹੀ ਅਰਦਾਸ ਕਰਾਂਗੇ ਕਿ ਇਹ ਬੀਬੀ ਬਹੁਤ ਜਲਦ ਸਹੀ ਸਲਾਮਤ ਹੋ ਕੇ ਤੁਰਦੀ ਫਿਰਦੀ ਹੋਵੇ, ਕਿਉਂਕਿ ਤੁਸੀਂ ਵੇਖਿਆ ਹੋਵੇਗਾ ਕਿ ਬੱਸ ਦਾ ਟਾਇਰ ਬੀਬੀ ਦੇ ਪੈਰ ਦੇ ਉੱਤੋਂ ਲੰਘ ਕੇ ਗਿਆ ਸੀ, ਅਤੇ ਅਜਿਹਾ ਹਾਦਸਾ ਕਿਸੇ ਹੋਰ ਦੇ ਨਾਲ ਨਾ ਹੋਵੇ, ਕਿਉਂਕਿ ਅੱਜ ਕੱਲ੍ਹ ਨੌਜਵਾਨ ਬੱਚਿਆਂ ਨੂੰ ਅਸੀਂ ਵੇਖ ਰਹੇ ਹਾਂ ਕਿ ਉਹ ਆਏ ਦਿਨ ਅਜਿਹੇ ਜੋਖਮ ਭਰੇ ਕੰਮ ਕਰਦੇ ਰਹਿੰਦੇ ਨੇ। ਬੀਤੇ ਦਿਨੀ ਲੁਧਿਆਣਾ ਦੇ ਰੇਲਵੇ ਟਰੈਕ ਦੇ ਉੱਤੇ ਖੜ੍ਹੇ ਹੋ ਕੇ ਨਹਿਰ ਦੇ ਵਿੱਚ ਛਾਲਾਂ ਮਾਰਨ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ। ਇਸੇ ਦੇ ਨਾਲ ਜਲੰਧਰ ਰੇਲਵੇ ਸਟੇਸ਼ਨ ਤੋਂ ਇੱਕ ਵੀਡੀਓ ਅਸੀਂ ਨਸ਼ਰ ਕੀਤੀ ਸੀ, ਜਿੱਥੇ ਇੱਕ ਬਜ਼ੁਰਗ ਦੀ ਬਾਂਹ ਵੱਢੀ ਗਈ ਸੀ, ਅਤੇ ਕਿਤੇ ਨਾ ਕਿਤੇ ਜੇਕਰ ਅਸੀਂ ਥੋੜ੍ਹੀ ਸਹਿਜਤਾ ਦੇ ਨਾਲ ਥੋੜ੍ਹਾ ਧਿਆਨ ਦੇ ਕੇ ਹਰ ਕੰਮ ਕਰੀਏ ਤਾਂ ਸ਼ਾਇਦ ਅਸੀਂ ਅਜਿਹੇ ਹਾਦਸਿਆਂ ਤੋਂ ਬਚ ਸਕਦੇ ਹਾਂ। ਸਾਨੂੰ ਲੋੜ ਹੈ ਅੱਜ ਥੋੜ੍ਹਾ ਜਿਹਾ ਸਤਰਕ ਅਤੇ ਸੁਚੇਤ ਰਹਿਣ ਦੀ। ਉਮੀਦ ਕਰਦਾ ਤੁਸੀਂ ਸਭ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓਗੇ। ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।